ਮੇਰਾ ਨਾਮ ਰਾਜਵੀਰ ਕੌਰ ਹੈ, ਪਿੰਡ ਮਾਨ ਦੀ ਰਹਿਣ ਵਾਲੀ ਹਾਂ। ਮੈਂ ਮਾਈ ਭਾਗੋ ਸੁਸਾਇਟੀ UK ਵੱਲੋਂ ਸੁਣਿਆ ਸੀ, ਅੱਜ ਅੱਖੀਂ ਵੇਖ ਕੇ ਇਹਨਾਂ ਕਾਫੀ ਉਪਰਾਲਾ ਕਰ ਰਹੇ ਨੇ, ਲੋੜਵੰਦਾਂ ਪਰਿਵਾਰਾਂ ਦੀ ਕਾਫੀ ਮਦਦ ਕਰਦੇ ਨੇ। ਇਹ ਨਹੀਂ ਕਿ ਇਹ ਰਾਸ਼ਨ ਦੇ ਨਾਂ 'ਤੇ ਸਿਰਫ ਥੋੜ੍ਹਾ ਜਿਹਾ ਰਾਸ਼ਨ ਦਿੰਦੇ ਨੇ, ਕਾਫੀ ਰਾਸ਼ਨ ਦਿੰਦੇ ਆ ਕਿ ਜਿਹੜਾ ਮਹੀਨੇ ਤੋਂ ਵੱਧ ਲੋਕਾਂ ਦਾ ਗੁਜ਼ਾਰਾ ਹੋ ਸਕੇ। ਇਸ ਇਹਨਾਂ ਨੇ ਇੱਕ ਹੋਰ ਸੇਵਾ ਕੀਤੀ ਆ ਸਿਲਾਈ ਸੈਂਟਰ ਦੀ, ਜਿਹੜੇ ਬੱਚਿਆਂ ਨੂੰ ਫ੍ਰੀ ਸਿਲਾਈ ਸੈਂਟਰ 'ਚ ਸੇਵਾ ਕਰਵਾਈ ਜਾਂਦੀ ਆ, ਉਹਨਾਂ ਨੂੰ ਸਿਲਾਈ ਸਿੱਖਿਆ ਦਿੱਤੀ ਜਾਂਦੀ ਆ, ਅਤੇ ਉਹਨਾਂ ਨੂੰ ਜਦੋਂ ਉਹਨਾਂ ਦਾ ਸਿਲਾਈ ਕੋਰਸ ਪੂਰਾ ਹੋ ਜਾਂਦਾ ਹੈ ਉਹਨਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਹੁਣ ਕਈ ਲੋੜਵੰਦ ਪਰਿਵਾਰ ਹੁੰਦੇ ਆ ਜਿਹੜੇ ਵਿਚਾਰੇ ਗਰੀਬ ਹੁੰਦੇ ਆ, ਆਪਣਾ ਘਰ ਨਹੀਂ ਬਣਾ ਸਕਦੇ, ਉਹ ਇਸ ਇਹਨਾਂ ਮਾਈ ਭਾਗੋ ਸੁਸਾਇਟੀ ਵੱਲ ਆਉਂਦੇ ਆ ਅਤੇ ਲੋੜਵੰਦਾਂ ਦੀ ਇਹ ਮਦਦ ਕਰਦੇ, ਉਹਨਾਂ ਦੇ ਘਰ ਵੀ ਬਣਾ ਕੇ ਦਿੰਦੇ ਆ। ਜਿਨ੍ਹਾਂ ਦੇ ਬਾਥਰੂਮ ਨਹੀਂ ਹੁੰਦੇ ਉਹਨਾਂ ਨੂੰ ਬਾਥਰੂਮ ਦਿੰਦੇ ਆ, ਬਣਾ ਕੇ ਦਿੰਦੇ ਨੇ। ਜਿਨ੍ਹਾਂ ਦਾ ਘਰ ਬਣਾਉਣ ਵਾਲਾ ਘਰ ਬਣਾ ਕੇ ਦਿੰਦੇ ਨੇ, ਅਤੇ ਹੋਰ ਵੀ ਇਹ ਸੇਵਾ ਕਰਦੇ ਨੇ, ਜਿੱਦਾਂ ਕਿ ਬੂਟ ਅਤੇ ਕੰਬਲ, ਕਈ ਸੇਵਾ ਕਰਦੇ ਨੇ। ਹੁਣ ਇਹਨਾਂ ਨੇ ਕਿਸਾਨੀ ਅੰਦੋਲਨ ਵਿੱਚ ਵੀ ਆਪਣਾ ਹਿੱਸਾ ਪਾਇਆ, ਉੱਥੇ ਵੀ ਇਹਨਾਂ ਨੇ ਆਪਣੇ ਇੱਥੋਂ ਸੇਵਾ ਸੁਸਾਇਟੀ ਵੱਲੋਂ ਉੱਥੇ ਵੀ ਉਪਰਾਲਾ ਕੀਤਾ, ਜਿਵੇਂ ਜੈਕਟਾਂ, ਗਲਵਸ ਅਤੇ ਮਫਰਲ ਦਿੱਤੇ ਉੱਥੇ ਜਾ ਕੇ। ਇਹ ਮਾਈ ਭਾਗੋ ਸੇਵਾ ਸੁਸਾਇਟੀ ਕਾਫੀ ਵਧੀਆ ਉਪਰਾਲਾ ਕਰ ਰਹੀ ਆ ਅਤੇ ਲੋੜਵੰਦਾਂ ਦੀ ਮਦਦ ਕਰਦੀ। ਹੁਣ ਸਵਰਾਜ ਸਿੰਘ ਜੀ ਮਾਨ, ਇਹ ਬੀਬੀ ਰਾਜਵੀਰ ਕੌਰ, ਇਹ ਆਏ ਨੇ। ਇਹਨਾਂ ਨੇ ਸੋਸ਼ਲ ਮੀਡੀਆ ਤੋਂ ਹੀ ਸੁਣਿਆ ਸੀਗਾ ਕਿ ਮਾਈ ਭਾਗੋ ਸੇਵਾ ਸੁਸਾਇਟੀ ਜਿਹੜੀ ਆ ਇਹ ਬੜੀ ਸੇਵਾ ਕਰਦੀ ਆ, ਅਸੀਂ ਅੱਖੀਂ ਵੇਖ ਕੇ ਵੀ ਆਈਏ ਕਿ ਵਾਕਿਆ ਕਰਦੀ ਹੈ ਕਿ ਗੱਲੀ ਬਾਤੀ ਹੈ। ਤੁਸੀਂ ਇਹਨਾਂ ਦੇ ਮੂੰਹੋਂ ਸੁਣਿਆ ਵਾ ਕਿ ਅਸੀਂ ਜਿਹੜਾ ਰਾਸ਼ਨ ਵੰਡਿਆ ਵਾ, ਜਦੋਂ ਇਹ ਰਾਸ਼ਨ ਚੁੱਕਦੇ ਸੀਗੇ ਉਹਨਾਂ ਕੋਲ ਚੁੱਕਿਆ ਨਹੀਂ ਜਾਂਦਾ, ਕਹਿੰਦੇ ਇੰਨਾ ਰਾਸ਼ਨ, ਇਹ ਨਾਂ ਨਹੀਂ, ਇਹ ਵਾਕਿਆ ਹੀ ਰਾਸ਼ਨ ਦਿੱਤਾ ਹੈ ਤੁਸੀਂ, ਕਿ ਜਿਸ ਪਰਿਵਾਰ ਦੀ ਪੰਜ ਚਾਰ ਜੀ ਨੇ ਉਹਨਾਂ ਦਾ ਚੰਗੀ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ। ਇਹਨਾਂ ਨੇ ਬਹੁਤ ਹੀ ਸਾਡੇ ਨਾਲ ਆਣ ਕੇ ਸਹਿਯੋਗ ਕੀਤਾ, ਮੈਂ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਆਣ ਕੇ ਸਾਡੇ ਸਹਿਯੋਗ ਕੀਤਾ। ਨਾਲ ਹੀ ਸਾਨੂੰ ਇਹ ਵੀ ਕਹਿੰਦੇ ਨੇ ਕਿ ਕਿਸਾਨ ਮੋਰਚੇ ਦੇ ਵਿੱਚ ਵੀ ਬਹੁਤ ਉਤਸ਼ਾਹ ਦੇ ਨਾਲ ਜਾ ਰਹੇ ਨੇ, ਅੱਗੇ ਵੀ ਬਹੁਤ ਚਿਰ ਆ ਕੇ ਆਪਣੇ ਟਰੈਕਟਰ ਟਰਾਲੀਆਂ ਵੀ ਉੱਥੇ ਹੀ ਛੱਡ ਕੇ ਆਏ ਹੋਏ ਨੇ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਵਰਾਜ ਸਿੰਘ ਮਾਨ, ਮਨ ਪਿੰਡ ਦਾ ਰਹਿਣ ਵਾਲਾ ਹੈ। ਮੈਨੂੰ ਪਤਾ ਲੱਗਾ ਸੀ ਮਾਈ ਭਾਗੋ ਸੁਸਾਇਟੀ ਯੂਟਿਊਬ ਤੋਂ ਜਾਂ ਮੇਰੇ ਫਰੈਂਡ ਸਰਕਲ ਤੋਂ ਪਤਾ ਲੱਗਾ ਸੀ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ। ਅੱਜ ਮੈਂ ਆ ਕੇ ਦੇਖਿਆ ਕਿ ਬਹੁਤ ਵਧੀਆ ਰਾਸ਼ਨ ਵੰਡ ਰਹੇ ਨੇ, ਯਾਨੀ ਕਿ ਤਗੜੇ 5-6 ਜੀ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਸਕਦਾ ਮਹੀਨੇ ਦਾ। ਹੋਰ ਇਹ ਬਾਕੀ ਭਲਾਈ ਦੇ ਕੰਮ ਸਿਲਾਈ ਸੈਂਟਰ ਹੋ ਰਹੇ ਨੇ, ਹਾਂਜੀ ਚਲਾ ਰਹੇ ਨੇ, ਗਰੀਬ ਬੱਚਿਆਂ ਦੇ ਵਿਆਹ ਵੀ ਕਰ ਰਹੇ ਨੇ, ਹਾਂਜੀ। ਅਤੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਵਾ, ਜੋ ਵੀ ਲੋੜਵੰਦ ਨੂੰ ਜੁੱਤੀਆਂ, ਕੰਬਲ, ਜਿਸ ਚੀਜ਼ ਦੀ ਲੋੜ ਹੁੰਦੀ ਹੈ ਗਰੀਬ ਪਰਿਵਾਰ ਨੂੰ ਕਰ ਰਹੇ ਨੇ, ਲੋਕਾਂ ਦੇ ਘਰ ਵੀ ਬਣਾ ਕੇ ਦੇ ਰਹੇ ਨੇ, ਸਮਰਸੀਬਲ ਪੰਪ ਵੀ ਲਾ ਕੇ ਦੇ ਰਹੇ ਨੇ, ਹਾਂਜੀ ਲੋਕਾਂ ਦੇ ਬਾਥਰੂਮ ਲੈਟਰਿੰਗ ਤੱਕ ਤਿਆਰੀ ਕਰਕੇ।